ਵੀ ਕਰਦਾ ਇੱਕ ਮੈਂ ਇੱਕ ਗੱਲ ਕਹਿਣਾ ਚਾਹਣਾ ਜਦੋਂ ਦੇਸ਼ ਵਿੱਚ G20 ਸੰਮੇਲਨ ਹੋਏ ਜਦੋਂ ਦੁਨੀਆ ਦੇ ਲੀਡਰ ਇੱਥੇ ਆਪਣੇ ਦੇਸ਼ 'ਚ ਹੋਣ ਤੁਸੀਂ ਸਡਨਲੀ ਕਹੋ ਜੀ ਆਪਣਾ ਦੇਸ਼ ਨਾ ਆ ਨਹੀਂ ਤੇ ਆ ਪਹਿਲੀ ਗੱਲ ਹੈ ਕਿ ਨਾ ਚੇਂਜ ਕਰਨ ਦਾ ਇੱਕ ਪ੍ਰੋਸੀਜਰ ਹੈ ਤੁਸੀਂ ਐਂ ਨਹੀਂ ਹੈ ਕਿ ਅੱਜ ਜੀ ਕਰੇ ਮੈਂ ਇਹਦਾ ਨਾਂ ਲਿਖਦਾ ਮੇਰਾ ਇਹਦਾ ਨਾਂ ਲਿਖਦਾ ਇੱਕ ਜਿਵੇਂ ਕੋਈ ਪਿੰਡ ਦਾ ਨਾਂ ਚੇਂਜ ਕਰਨਾ ਹੋਏ ਪਿੰਡ ਦੀ ਰੈਜੂਲੇਸ਼ਨ ਹੁੰਦੀ ਹੈ ਫਿਰ DC ਅਪਰੂਵ ਕਰਦਾ ਹੈ ਫਿਰ ਕੈਬਨਿਟ ਅਪਰੂਵ ਕਰਦੀ ਹੈ ਸਟੇਟ ਦੀ ਫਿਰ ਅਸੈਂਬਲੀ ਅਪਰੂਵ ਕਰਦੀ ਹੈ ਸਟੇਟ ਦੀ ਉਹਦੇ ਬਾਅਦ ਫਿਰ ਉੱਥੇ ਜਾਂਦਾ ਹੋਮ ਮਿਨਿਸਟਰੀ ਕੋਲੇ ਅਤੇ ਉੱਥੇ ਕਈ ਡਿਪਾਰਟਮੈਂਟ ਜਾਂਦਾ ਕਿਉਂਕਿ ਫਿਰ ਸਾਰੇ ਨਕਸ਼ਿਆਂ ਸਾਰੇ ਚੇਂਜ ਹੁੰਦੇ ਹੈ ਐਂ ਨਹੀਂ ਹੈ ਕਿ ਮੈਂ ਅੱਜ ਕਹੂੰਗਾ ਅੱਜ ਇੰਡੀਆ ਨਹੀਂ ਅੱਜ ਭਾਰਤ ਆ ਅੱਜ ਭਾਰਤ ਨਹੀਂ ਅੱਜ ਕੋਈ ਹੋਰ ਹੈ ਆਹ ਇੱਕ ਪੋਲੀਟੀਕਲ ਸਟੰਟ ਹੁਣ ਕਰ ਰਿਹਾ ਇਸ ਕਰਕੇ ਇਹ ਜਿਹੀ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਆਪਣਾ ਦੁਨੀਆ ਦੇ ਸਾਰੇ ਲੀਡਰ ਇੱਥੇ ਆਏ ਹੈ ਤੁਸੀਂ ਇੱਕ ਨਵੀਂ ਕੋਂਟਰੋਵਰਸੀ ਸ਼ੁਰੂ ਕਰ ਰਹੇ ਹੋ ਸੋ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਆਪਣਾ ਫੋਕਸ ਪਰਫੋਰਮੈਂਸ 'ਤੇ ਹੋਣਾ ਚਾਹੀਦਾ ਡਿਵੈਲਪਮੈਂਟ 'ਤੇ ਹੋਣਾ ਚਾਹੀਦਾ ਅਤੇ ਮੈਂ ਸਾਡੀ ਪਾਰਟੀ ਦੀ ਕਲੀਅਰ ਹੈ ਸਾਡੇ ਵਾਸਤੇ ਇੰਡੀਆ ਤਾਂ ਹਿੰਦੁਸਤਾਨ ਤਾਂ ਤਕੜਾ ਹੋਊਗਾ ਨਾਵਾਂ ਨਾਲ ਨਹੀਂ ਜੇ ਇੱਥੇ ਸਾਰੇ ਧਰਮਾਂ ਦਾ ਸਤਿਕਾਰ ਹੋਏ ਸਾਰੇ ਧਰਮਾਂ ਦੇ ਲੋਕ ਪਿਆਰ ਨਾਲ ਰਹਿਣ ਸਾਰੇ ਧਰਮਾਂ ਦੇ ਲੋਕ ਸਮਝਣ ਕਿ ਆਹ ਸਾਡਾ ਦੇਸ਼ ਹੈ ਆਹ ਸਭ ਤੋਂ ਵੱਡੀ ਅਚੀਵਮੈਂਟ ਕਿਸੇ ਸਰਕਾਰ ਦੀ ਹੋ ਸਕਦੀ ਹੈ ਇਸ ਕਰਕੇ ਆਹ ਸਰਕਾਰਾਂ ਦਾ ਨਿਸ਼ਾਨਾ ਆਹ ਹੋਣਾ ਚਾਹੀਦਾ ਹੈ ਕਿ ਸਾਰੇ ਧਰਮਾਂ ਦੀ ਖੁਸ਼ੀਆਂ ਪ੍ਰਾਪਤ ਕਰਨ ਸਾਰਿਆਂ ਨੂੰ ਇਕੱਠੇ ਰੱਖਣ ਤੇ ਸਟੇਟਾਂ ਨੂੰ ਟਰੂ ਫੈਡਰਲ ਸਟਰਕਚਰ ਰਾਹੀਂ ਪੂਰੀ ਪਾਵਰ ਦਿੱਤੀ ਜਾਏ ਪਾਵਰ ਖੋਈ ਨਾ